ਇਹ ਕਿਹੋ ਮੋਟਰਸਾਈਕਲ ਹੈ? ਇਹ ਤਾਂ ਖੰਭ ਲੱਗੇ ਹਨ, ਖੰਭ ਮਾਮੂ ਇਹ ਵੀ 150 ਤੇ ਹੌਂਡਾ 125 ਹੁੰਦੇ। ਹਾਂ ਅੱਛਾ ਜੀ, ਪਰ ਸਭ ਤੋਂ ਕਿਹਨੇ ਮੈਨੂੰ ਪੈਟਰੋਲ ਕਿੰਨਾ ਵਸਾਂ ਸੀ, ਪੈਟਰੋਲ ਕਿੰਨਾ ਦਾ ਪੈਣਾ ਵੀ ਮੋਟਰਸਾਈਕਲ ਪਾ ਸੀ ਨਾ, ਕਿਉਂਕਿ ਪੈਟਰੋਲ ਤਾਂ ਆਪੋ ਪਵੀਂਦਾ ਨਾ। ਆਹ ਮਿਲੇ ਕੋਈ ਖੁੱਲ੍ਹੇ ਪੈਟਰੋਲ ਕੱਢੋ ਟੈਂਕੀ 'ਚ ਕੱਢੋ ਆਪਣਾ ਮੋਟਰਸਾਈਕਲ ਸਿੱਖੋ ਖੁੱਲ੍ਹੇ ਆ ਬੋਤਲ ਚਾਹ ਵੀ ਨਾ, ਬੋਤਲ ਚਾਹ ਵਾ, ਬੋਤਲ ਚਾਹ ਪੈਟਰੋਲ ਦਾ ਇਹਨਾਂ ਤੇ ਹਾਂ ਹਾਂ ਪਾਣੀ ਇਹਨਾਂ ਚਾ ਪੁੱਛਦੇ ਖੋਲ ਗਏ ਪੈਟਰੋਲ ਸਹੀ ਕਚਰਾ ਦੇ ਕੀ ਥੱਲੇ ਉੱਤੇ ਦੀ ਖੈਰ ਇਹਦੇ ਦੀ ਹਾਈ ਕਚਰਾ ਪੈਟਰੋਲ ਦੇ ਥੱਲੇ ਦੇਖੀ ਇਹ ਪੈਟਰੋਲ ਦੇ ਥੱਲੇ ਇਹ ਕੀ ਆਵੇ ਇਹ ਨੇਰੀ ਮਿੱਟੀ ਹੈ ਤੇਰੀ ਇਹ ਪਾਣੀ ਹੈ ਨੇਰਾ ਐਡੂ ਨੰਬਰ ਪੈਟਰੋਲ ਹੀ ਮੈਂ ਦਾ ਥੀਂਦਾ ਕਿੱਥੋਂ ਪਾਵਾਂ ਇਹ ਪਤਾ ਨਹੀਂ ਮਾ ਤਾਂ ਹਰ ਜ਼ਿਆਦਾ ਪਵਾ ਆ ਜਾਂਦਾ ਜਿੱਥੋਂ ਪਵਾ ਮਿਲਦੇ ਪਵਾ ਕੋਲ ਪਵਾ ਉਹੀ ਖਣਾ ਪੈਟਰੋਲ ਬੰਦਾ ਪਵਾ ਕਰਨੀ ਨਾ ਪਵਾ ਕਰ ਇਹ ਜਿੱਥੋਂ ਪੁੱਲ ਥਾ ਸੀ ਦੇ ਇੰਦੋ ਜੋ ਖੜੇ ਅੱਛਾ ਇਹ ਦੇ ਨਾਲ ਇੰਦੋ ਜੋ ਖੜੇ ਫਿਊ ਇੰਚਸ ਲੇਟਰ ਕਰ ਮੈਂ ਵਜ਼ੂ ਕਰਕੇ ਜਵਾਨ ਖੋਲ ਕੇ ਦੇਣਾ ਦੀ ਹਾਂ ਹਾਂ ਤੇ ਤੀ ਇਹਦੇ ਪਾਣੀ ਹੈ ਇਹਦੇ ਰੇਤ ਨਹੀਂ ਰੇਤ ਵੀ ਢੰਤ ਲੈ ਇੱਥੇ ਇੱਕ ਦੇ ਕੀ ਮਚਾਈ ਕੋਈ ਹੋ ਤੇਰੀ ਖ ਦੇਖੋ ਸਾਰੀ ਰੇਤ ਆਵੇ ਇਹ ਨਹੀਂ ਚੱਲਣੇ ਦੀ ਬਿਲਕੁਲ ਇਹ ਨਹੀਂ ਚੱਲਣਾ ਹੁਣ ਤੁਸੀਂ ਇੱਕ ਬਣਾਓ ਮੈਂ ਨਮਾਜ਼ ਪੜ੍ਹਨੀ ਜਰਾ ਠੀਕ ਹੈ ਠੀਕ ਹੈ ਬਣਦੇ ਸੀ ਨਾ ਹਾਂ ਬਣਦੇ ਸੀ ਇਹ ਥੱਲੇ ਦਿਖਾ ਹੈ ਵਾਲਾ ਮੈਂ ਕੋਈ ਬਾਤ ਤੇ ਇਤਨਾ ਥੱਲੇ ਰੇਤ ਖੜੀ ਹੈ ਪਿੱਛੇ ਬਣਦੇ ਪੈਟਰੋਲ ਇਹ ਪਾਕਿਸਤਾਨ ਹੈ ਪਾਣੀ ਦੱਬੇ ਬੈਠਣ ਕਚਰਾ ਦੱਬੇ ਬੈਠਣ ਚਲੋ ਬਣਾ ਆਏ ਕਿਤਨੀ ਦੇਰ ਲੱਗ ਸੀ ਯਾਰ ਤੂੰ ਮੈਂ ਘਰ ਮੈਂ ਨਾਮ ਗਜਬ ਬੇਇੱਜ਼ਤੀ ਹੈ ਟੁਰਦਾ ਵਜਾ ਚਲੋ ਮਾਮਾ ਜੀ ਮਾਂ ਦਾਵਣੀ ਮਾਰੀਆ ਮਾਂ ਮੈਂ ਹੀ ਵਜਣੀ ਆ ਦਾਵਣੀ ਮਾਰ ਉੱਠੀ ਵਦਾ ਜਲੋ ਜਲ ਮਾਂ ਦਾ ਪਿਆ ਦੇਖੀ ਸਹੀ ਜਲ 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 ਪਹਿਲੇ ਮੈਂ ਇੱਥੇ ਲਗਾ ਪਿਆ ਰਾਇ ਚਲੋ ਲਗਾ ਪਿਆ ਬਲਕਿ ਮੈਂ ਬਾਰੀ ਮੈਂ ਚਾਤੀ ਵੇਨੋ ਅਰੇ ਯਾਰ ਮੈਂ ਫਿਰਹਾਲ ਨਾ ਦਾਵਣੀ ਮਾਰੀਆ ਮੈਂ ਫਰੈਸ਼ ਥੀ ਹਾਂ ਆ ਸਮੇਂ ਦਾ ਮੈਂ ਟੂਰ ਤੇ ਥੰਬ ਨਾਲ ਤੁਸੀਂ ਦੇਖ ਦਿਆ ਅੱਜ ਵੀਡੀਓ ਕਿਹੜੀ ਅੱਜ ਬੜੀ ਸਰਪ੍ਰਾਈਜ਼ਿੰਗ ਵੀਡੀਓ ਫਿਰਹਾਲ ਤੋਂ ਕਿਸ਼ਨ ਮਿਲਦਾ ਮੈਂ ਤਿਆਰੀ ਕੀਤੀ ਮੈਂ ਚੇਂਜ ਕੀਤੀ ਮੈਂ ਕਿਉਂਕਿ ਗਰਮੀ ਬਹੁਤ ਮੈਂ ਬਲਾ ਸਮੇਂ ਦਾ ਮੈਂ ਸਫਰ ਤੇ Two hours later. ਅਸਲਾਮ ਅਲੈਕੁਮ, ਕਿਆ ਹਾਲ ਜੀ? ਠੀਕ ਵੇ ਤਬੀਅਤ ਸੇ ਠੀਕ ਹੈ? ਮੈਂ ਹਾਂ ਮਲਕ ਵਸੀਮ ਤੇ ਉਮੀਦ ਕਰਨਾ ਤੁਸੀਂ ਸਾਰਾ ਦੋਸਤ ਠੀਕ ਹੋਸੋ ਤੇ ਖੁਸ਼ ਹੋਸੋ। ਵੇ ਟਾਈਮ ਸੀ ਨਾ ਪਵੇ ਤਕਰੀਬਨ 3:30 ਦਾ ਮੌਸਮ ਥੋੜਾ ਬਹੁਤ ਠਰ ਗਿਆ ਲੇਕਿਨ ਗਰਮੀ ਦੇ ਸ਼ਾਇਦ ਤੋਂ ਜਿਹੜਾ ਥੋੜੀ ਥੋੜੀ ਹਵਾ ਚੱਲਦੀ ਪਈ ਹੈ ਤਾਂ ਵੀ ਗਰਮੀ ਵੀ ਇਹ ਪਈ ਲੈ ਕਾਸਾ ਮਰਨ ਦੇ ਪਾਈ ਸਫਰ ਕਿਦੇ ਮੈਂ ਪਾਇਆ ਮਾਮੂ ਇਹ ਟਾਈਮ ਇਹਨਾਂ ਪਾਇਆ ਕਸਬਾ ਗੁਜਰਾਤ ਠੀਕ ਹੈ ਅਦੀਲ ਹੋਂਡਾ ਜੰਗ ਨੂੰ ਉੱਥੋਂ ਵੰਜ ਕੇ ਨਵਾਂ 70 ਚੈਨ ਹੈ 70 ਜੀ ਮਲਾ ਖੁਸ਼ੀ ਮੈਂ ਬਿਲਕੁਲ ਮੋਟਰਸਾਈਕਲ ਜ਼ਰੂਰਤ ਚਾਰ ਪੰਜ ਕਾਰੋਬਾਰੀ ਬੰਦਾ ਨਾ ਇਹਨਾਂ ਸੇਠ ਹੈ ਅਮੀਰ ਬੰਦਾ ਤਾਂ ਅਸਾਂ 3 ਬੰਦੇ ਇਹ 4 ਹਸਨੈਨ ਦਾ ਪਿਆ ਜਿਹੜਾ ਕਿ ਮੇਰੇ ਕਾਲਜ ਬੰਦੇ ਬਾਕੀ ਮੇਰਾ ਜਿਹੜਾ ਯਾਰ ਹਸਨ ਹੈ ਉਹ ਬਿਮਾਰ ਥਿਆ ਪਿਆ ਉਹ ਕਹੀਂ ਜਾਂਦਾ ਪਿਆ ਅਸਾਂ 4 ਬੰਦੇ ਨੇ ਪਿਆ ਸਿੱਧਾ ਕਸਬਾ ਗੁਜਰਾਤ ਮੋਟਰਸਾਈਕਲ ਖੇਡਣ ਤੁਹਾਡੇ ਨਾਲ ਸਾਰੀ ਰੂਟੀਨ ਸ਼ੇਅਰ ਕਰਦੇ ਸੋ ਨਵੀਂ ਮੋਟਰਸਾਈਕਲ ਕਿਤਨੇ ਦੀ ਮਿਲਦੀ ਹੈ ਕਿਵੇਂ ਗਿੰਦੇ ਹੈ ਕਿਆ ਸੂਰਤ ਹਾਲ ਹੈ ਤਾਂ ਬੈਲ ਆਈਕਨ ਨੂੰ ਦਬਾ ਦੇਵੋ ਤਾਂ ਕਿ ਜੇ ਨਵੀਂ ਵੀਡੀਓ ਤੁਹਾਨੂੰ ਪਹਿਲੇ ਮਿਲੇ ਜੀ ਹਾਂ ਬਿਲਕੁਲ ਮੈਂ ਤਾਂ ਪਹਿਲੇ ਗੱਲ ਕੀਤੀ ਹੈ ਸਬਸਕ੍ਰਾਈਬ ਲਾਜ਼ਮੀ ਮਾਰੋ ਜੀ ਲੋਹਣ ਚਲੋ ਹਸਨੈਨ ਤੇ ਮੈਂ ਤੇ ਮਲਕ ਤਾਂ ਤੂੰ ਤੇ ਲੇਕਿਨ ਬਈ ਇੱਕ ਮਜ਼ੇ ਦੀ ਗੱਲ ਇਹ ਕਿ ਮੈਂ ਰੋਡ ਤੇ ਟੱਪੇ ਨਾ ਰੋਡ ਤੇ ਚੜ੍ਹੇ ਲੁਹਾਰੀ ਮੈਂ ਚਮਾਟਾ ਮਾਰੇ ਦੀਆਂ ਚਮਾਟਾ ਮਲਕ ਪੂਰੀ ਨਵਾਲੇ ਚਮਾ ਭਈ ਜਾਨ ਲੁਹਾਰ ਸਾ ਕੋ ਕਸ਼ੇ ਨਹੀਂ ਆਦੀ ਪਈ ਅੱਛਾ ਇਹ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਹਾਂ ਮਾਮਾ ਸਾਈਕਲ ਦੀ ਖੁਸ਼ੀ ਹੈ ਨਾ ਤੇ ਰੋਟੀ ਛੋਟੀ ਰੋਟੀ ਖਾਂਦੇ ਪਏ ਹੈ ਅੱਛਾ ਹਾਂ ਕਿਉਂਕਿ ਪਾਰਟੀ ਦਾ ਪਹਿਲੇ ਆਉਂਦੀ ਹੈ ਰੋਟੀ ਦਾ ਮਲਕ ਕਨੇ ਖਾਸ ਹੋਈ ਖਾਸ ਵੇਂਦੇ ਕਿਤ ਕਿਤੇ ਪਏ ਹੈ ਤਾਂ
ਪਹੁੰਚ ਚੁੱਕੇ ਹਾਂ ਇਸ ਟਾਈਮ ਅਸਾਂ ਸਿਨਾਵੇਂ ਸ਼ਹਿਰ ਦੇ ਵਿੱਚ ਸਿਨਾਵੇਂ ਤੇ ਇੱਕ ਦੋਸਤ ਹੈ ਸ਼ਹਿਲਾਦ ਵੀ ਉਹਨੇ ਕਿ ਵਸੀਮ ਵੀ ਮੈਂ ਕੋ ਲਾਜ਼ਮੀ ਮਿਲ ਕੇ ਵਜਾਇਆ ਰਾਤ ਇਹਨੇ ਮਾਮੂ ਕਹਿਣਾ ਯਾ ਬਿਲਕੁਲ ਉਹਨਾਂ ਕੋ ਲਾਜ਼ਮੀ ਮਿਲ ਕੇ ਵਜਾਣਾ ਲੇਕਿਨ ਜਿਹੜੀ ਗਰਮੀ ਹੈ ਨਾ ਧੁੱਪ ਹੈ ਅਜਾ ਰੂਹ ਨਹੀਂ ਆਦਾ ਮਿਲ ਕੇ ਵਜਾਣਾ ਜੀ ਠੀਕ ਸੂਰਜ ਤੋਂ ਸੂਰਜ ਦੇ ਇਹ ਤਾਂ ਹੈ ਬਿਲਕੁਲ ਆਵਾਂ ਦੇ ਪਹਿਲਾਂ ਤੁਹਾਨੂੰ ਦੋ ਚਾਰ ਮਿੰਟ ਹੈ ਕਿ ਬਲਾ ਆਪਣਾ ਸਫਰ ਮੁਕੇ ਤੂੰ ਬਸ ਨੇ ਸਪੀਡ ਮਾਰੀ ਪਾ ਮੋਟਰਸਾਈਕਲ ਤੇ ਅਜਾ ਵੇ ਭਾਈ ਜਾਨ ਤੱਕ ਮਿਲ ਗਏ ਤੂੰ ਲਾ ਕੇ ਸਾਡੇ ਵਿਲਾਗ ਡਿਠਾ ਤੇ ਬਿਆ ਮਰਸ਼ਾ ਠੀਕ ਹੀ ਵੇ ਸਰ ਦਿਲ ਕਹਿ ਰਹੇ ਤੂੰ ਰੁਕਣ ਤੇ ਬਸ ਜਿਹੜੀ ਗਰਮੀ ਹੈ ਨਾ ਮਾਮੂ ਨੇ ਕਿ ਸਫਰ ਮੁਕਾਉ ਇਹ ਹਕਾਇਕ ਹੈ ਲੇਕਿਨ ਮੈਂ ਕਿ ਯਾਰ ਫਿਰਾ ਨਾਲ ਸਾਂ ਮੁਹੱਬਤ ਹੈ ਰੁਕ ਵੇ ਨੇ ਸਾਂ ਵਰ ਫਿਰਾ ਸਾਰੇ ਨੇ ਚੱਕਰ ਲਾਏ ਤਾਂ ਕਿ ਫਿਰਾ ਕੋ ਜ਼ਰੂਰ ਮਿਲ ਜਾਣੂ ਇਹ ਬੜਾ ਕਿ ਵਸੀ ਮੇ ਮੇਰੇ ਠੀਕ ਹੋ ਜਾਏ ਇਹ ਵੀ ਨਾ ਦੇ ਭਾਈ ਹੁਣ ਮੈਂ ਜਣ ਵਿਲਾਗ ਦੇ ਤੇ ਕਹਿ ਨਾ ਅੱਛਾ ਅੰਡੇ ਦੇ ਨਾ ਚਲਾ ਬਾਤ ਸਹੀ ਹੁੰਦੀ ਹੈ ਸਾਹਿਬ ਨੇ ਸਭ ਨੂੰ ਮਜਬੂਰ ਕਰਨ ਕਿ ਖਾਣਾ ਖਾ ਸਕੇ ਖਾਣਾ ਨਹੀਂ ਖਾਂਦੇ ਸਾ ਤੋਰੇ ਨੇ ਸਿਰਫ ਉਹਨਾਂ ਨੂੰ ਜੂਸ ਪੀਣੇ ਉਹ ਮੁਹੱਬਤ ਔਰ ਵਾਲਾ ਸਾ ਸਫਰ ਮੁਕੇ ਨੇ ਠੀਕ ਹੈ ਸਹੀ ਕੋ ਵੀ ਆਓ ਕਮੈਂਟ ਸਾਰੇ ਦੱਸੋ ਸਹੀ ਭਾਈ ਤੁਹਾਨੂੰ ਦੂਜੀ ਦਵਾ ਸਭ ਨੂੰ ਮਿਲੇ ਨਾ ਨਾ ਕੋਈ ਮਸਲਾ ਹੀ ਨਹੀਂ ਵਿਰਾ ਮਸ਼ਹੂਰ ਜੂਸ ਆ ਗਿਆ ਸਹੀ ਤਾਂ ਜੂਸ ਪੀਣਾ ਦਾ ਸਭ ਬਿਸਮ ਨਾਲ ਸਿਨਾਵੇਂ ਤੋਂ ਕਿਹੜੇ ਕਿਹੜੇ ਬੰਦੇ ਇੱਕ ਮਿੰਟ ਲਾਜ਼ਮੀ ਕਰੇ ਸੋ ਅਸਾਂ ਜੂਸ ਪੀ ਕੇ ਭਾਈ ਜਾਨ ਨੂੰ ਜਿਆਦਾ ਕਿਹਨ ਕੇ ਵਾਦਾ ਸਫਰ ਮੁਕੇ ਸੋ ਠੀਕ ਹੈ ਸਹੀ ਓਕੇ ਸਰ ਸਾਂ ਜਨਾਦੀ ਹੀ ਵਿਰਾ ਦੇ ਵਸੀ ਮੈਂ ਤੁਹਾਡਾ ਸ਼ੁਭਮ ਸ਼ੁਕਰੀਆ ਤੁਹਾਡਾ ਦੋਸ਼ ਮਿਹਰਬਾਨੀ ਕਿਸਾਨ ਭਾਈਓ ਕੇ ਲਈ ਸ਼ਾਨਦਾਰ ਆਫਰ ਉਧਾਰ ਤੇ ਮੋਟਰਸਾਈਕਲ ਮਿਲਦੇ ਬਣਾਉ ਗਿਆਨ ਵਾਂਜੋ ਪਹਿਲੇ ਵਾਰ ਪਹੁੰਚ ਚੁੱਕੇ ਹਾਂ ਅਸਾਂ ਕਸਬਾ ਗੁਜਰਾਤ ਅਦੀਲ ਹੁਣ ਆ ਜਾ ਕਨੇ ਇਤੋਂ ਕਹਿੰਦਾ ਪੈਂ ਕਿਆ ਮੋਟਰਸਾਈਕਲ ਆ ਮੰਗਲਾ ਕੀ ਹੋਰ ਲਿਓ ਲਈ ਪ੍ਰਾਈਡਰ ਤੇ ਇੰਤਜ਼ਾਰ ਕਰਿਆ ਦੀ ਅਛੇਕ ਵਾਂਜੋ ਮੈਂ ਅਗੇ ਮੱਲੇ ਕੋਈ ਕਿ ਮੈਂ ਮੱਲੇ ਕੋ ਪ੍ਰਾਈਡਰ ਹੁੰਦਾ ਸੀ ਕਿ ਕੁਮਤੇ ਤੇ ਹੋਰ ਥੋ ਕਹਿੰਦੇ ਮੋਟਰਸਾਈਕਲ ਜੀ ਸ਼ਾ ਸੁਭਾਨ ਅੱਲਾ ਮਾਸ਼ਾ ਅੱਲਾ ਵਾ ਬਾਬਾ ਆਪਣੇ ਲੈਣਾ ਸ਼ਾ ਲੈ ਮੱਲੇ ਕੀ ਇਹਲਾ ਹੁੰਦਾ ਮੈਨੂੰ ਬੜਾ ਪਸੰਦ ਹੈ ਤੇ ਮਾਮੂ ਘੇਨ ਕਹਿੰਦਾ ਕਾਇ ਹੈ ਕਿ ਨਾ ਇਹ ਦੇਖੀ ਮੈਂ ਇਹ ਕਿ ਜੀ ਮੋਟਰਸਾਈਕਲ ਹੈ ਇਹ ਦੇ ਖੰਭ ਲੱਗੇ ਹਨ ਖੰਭ ਇਹ ਮਾਮੂ ਇਹ ਵੀ 150 ਤੇ ਹੋਂਡਾ 150 ਹੁੰਦੇ ਹਾਂ ਇਹ 150 ਹੈ ਹਾਂ ਇਹ ਦੋ ਨੰਬਰ ਉੱਤੇ ਹੈ ਹੋਂਡੇ ਕਰੇ ਆਓ ਭਾਈ ਮਲਕ ਹਸਨੈਨ ਸੇ ਬੜਾ ਭਜਾ ਹੈ ਮੋਟਰਸਾਈਕਲ ਯਾਰ ਸੈਂਟਰ ਵੀਡੀਓ ਛੇੜ ਵਾਲਾ ਹੋਏ ਕੀ ਆਦਨੇ ਸਾਂ ਪਤਾ ਨਹੀਂ ਹਲੋ ਉਹ ਸੀ ਕਿਉਂ ਨਾ ਅੱਛਾ ਹਾਂ ਇਹ ਤੈਨੂੰ ਤਾਂ ਨਹੀਂ ਸੇ ਕਿੰਦੇ ਵੀਡੀਓ ਨਾ ਬਣਾਉਣਾ ਸੰਤੋ ਚਲੋ ਭਈ ਉਹ ਪਸੰਦ ਕਰੋ ਇਥੋਂ ਮੋਟਰਸਾਈਕਲ ਵੀ ਆ ਕੇ ਅੱਲਾ ਤਾਂ ਮੋਟਰਸਾਈਕਲ ਪਸੰਦ ਕਰੇ ਨਾ ਬੜਿਆ ਮੋਟਰਸਾਈਕਲ ਨੇ ਚੱਲ ਗਿਆ ਸਣੀਆਂ ਬੜਿਆ ਪਸੰਦ ਕਰੇ ਨਾ ਨੀਲੀ ਮੋਟਰਸਾਈਕਲ ਜਾਂ ਰੱਤੀ ਜਾਂ ਕਾਲੀ ਰੱਤੀ ਅੱਛਾ ਅੱਤੇ ਸਿਟੀ ਸਿਟੀ ਮੇਰਾ ਅਗੇ ਨਾ ਅਗੇ ਨਾ ਪਾਣੀ ਗਿਆ ਨਾਲ ਵਾਲਾ ਬੰਦਾ ਬਿਸਮਿਲ੍ਲਾਹਿਰ ਰਹਿਮਾਨ ਠੱਡਾ ਹੈ ਹੁਣ ਪਾਣੀ ਠੱਡਾ ਪੀਵਾ ਇਹ ਹੁਣ ਸਾਰਿਆਂ ਦੀ ਮਸ਼ਵਰਾ ਕਰਨ ਲਈ ਕਿਹੜਾ ਮੋਟਰਸਾਈਕਲ ਲੈ ਲਓ ਤੈਨੂੰ ਪਤਾ ਕਿਹਨੂੰ ਕੋ ਕਾਥ ਲੱਗਦਾ ਹੀ ਨਹੀਂ ਨਾਲ ਕਾਪੇ ਚੇਪੇ ਲੈ ਨੀਲੇ ਮੋਟਰਸਾਈਕਲ ਮੈਂ ਕੋ ਨਹੀਂ ਭਾਉਂਦਾ ਤੱਕ ਬਨਨ ਹੈ ਹਾਂ ਤਾਂ ਠੀਕ ਹੈ ਨਾ ਯਾਰ ਬੈਕ ਸੀਡੀ ਆਇਆ ਵਾ ਨਾ 70 ਫਰੇਟ ਟਾਈ ਦੇ ਖੜਨ ਤੇ ਦੀ ਆਲੇ ਹਾਂ ਇਹ ਆਲੇ ਇਹ ਸਹੀ ਹੈ ਨਾ ਲੇਕਿਨ ਇਹ ਹੁੰਦੀ ਹਰ ਬੰਦੇ ਆਪਣੀ ਚੋਇਸ ਕੋਈ ਮੇਰੇ ਫਿਰ ਹੁੰਦੇ ਦਾ ਮਾਪ ਕੀ ਹੋ ਸਨ ਮੈਂ ਤਾਂ ਮਲ ਕੋ ਮਸ਼ਵਰਾ ਦਿੱਤੇ ਹੁੰਦਾ ਦਾ ਨਾ ਸੀਜੀ ਸੀਜੀ ਕਿਹੜਾ ਹੈ ਸੀਜੀ 150 ਫਿੰਡੇਡ ਤੇ ਖੜੇ ਅੱਛਾ ਅੱਛਾ ਬਸ ਤੇ ਅੱਛਾ ਸਾਂ ਚਾਹ ਹੁੰਦਾ ਹੈ ਨਾ ਪਤਾ ਲੱਗੇ ਮਲ ਕੋ ਪਾਣੀ ਆ ਦਾ ਪਾਣੀ ਪੀਤੋ ਨਾ ਪਾਣੀ ਪੀਵਾ ਪੀਵਾ ਵੀ ਵਾਰ ਜਿਹੜਾ ਕਿਹੜੇ ਕਿਹੜੇ ਬਿਰਾ ਹੁੰਦੇ ਦਾ ਮੁਹੱਬਤੀ ਦੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਅਮਰ ਸ਼ਤੈ ਕਰਾ ਮੋਟਰਸਾਈਕਲ ਪਸੰਦ ਹੈ ਹੁੰਦਾ ਵਾਹ ਭਾਈ ਵਾਹ ਹੁੰਦਾ ਰਤਾ ਕਲਰ ਮੁਹੱਬਤੀ ਲੱਗਦੇ ਵਾਹ ਯਾਰ ਹੁੰਦਾ ਜੈ ਕੋ ਪਸੰਦ ਹੈ ਕਮੈਂਟ ਕਰਾਇਆ ਹੁੰਦਾ ਕਹਿ ਕੋ ਪਤਾ ਹੁੰਦਾ ਮੈਂ ਹੁੰਦਾ ਗਿਨਾਰ ਵਿੱਚ ਇੱਕ ਨਵੀਂ ਪੱਟੀ ਜਿਹੜੀ ਪੀਲੇ ਕਲਰ ਹੈ ਮਾਹੌਲ ਹੈ ਮਾਹੌਲ ਸੀਰੀਅਲ ਦੇ ਦਾ ਪਿਆ ਸੀਰੀਅਲ ਦਾ ਪਤਾ ਲੱਗਦਾ ਹੀ ਕਿੰਨੀ ਸੀਰੀਅਲ ਹੋਵੇ 75 ਹੈ ਤੈਨੂੰ ਕਿੰਨੀ ਚਾਹੀਦਾ ਹੈ 500 ਦੇ ਉੱਤੇ ਹੋਵੇ ਅੱਛਾ ਜੇ ਨਾ ਹੋਵੇ ਤਾਂ ਭਲਾ ਹੋਲਾ ਮਿਲ ਜਾਏਗਾ ਤੁਹਾਨੂੰ ਪਿੱਛੇ ਅੱਛਾ ਸੀਰੀਅਲ ਮੀਰੀਅਲ ਦਾ ਕਿਸੇ ਕਿਨੇ ਬਾਤ ਤੂੰ ਧਿਆਨ ਕਿਹੜੀ ਮੋਟਰਸਾਈਕਲ ਹੈ ਪਰੇਡਰ ਕਿਸੇ ਨੇ ਕਿਹੜੀ ਆ ਰਹੀ ਚੱਲ ਬਾਈ ਕੋ ਯਾਰ ਮੋਟਰਸਾਈਕਲ ਤੇ ਵਾਲੀ ਹੈਵੀ ਬਾਈਕ ਭਾਂਦੀ ਹੈ ਜਿਹੜੀਆਂ ਪਰੋ ਲੱਗੀਆਂ ਕਿਨੇ ਲੱਗੀਆਂ ਇੱਥੇ ਆ ਜਾਣ ਕਿਨੇ ਇੰਜਨ ਸੋ ਇਨਸ਼ਾਅੱਲਾ ਜੋ ਦੀ ਕਿਸਮਤ ਤਾਂ ਜ਼ਰੂਰ ਗਿਣ ਸੋ ਨਹੀਂ ਬਿਲਕੁਲ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਕਿਨੇ ਬਿਲਕੁਲ ਕਿ ਮਾਹੌਲ ਚੋਂ ਦਾ ਫਿੱਟ ਬਣੀ ਹੈ ਡੁਅਲ ਸੀਟ ਮੇਲ ਸੀਟ ਨਾਲ ਹੀ ਖਣਾ ਅੱਛਾ ਜੀ ਵਰ ਸਾਹਿਬ ਕੋ ਕਿ ਮੈਨੂੰ ਪੈਟਰੋਲ ਗਿਣਨਾ ਵਸਾਂ ਸੀ ਪੈਟਰੋਲ ਗਿਣਨ ਦਾ ਪੈਣਾ ਵੀ ਮੋਟਰਸਾਈਕਲ ਪਾ ਸੀ ਨਾ ਕਿਉਂਕਿ ਪੈਟਰੋਲ ਤਾਂ ਆਪੋ ਪਵੀ ਨਾ ਬਿਲਕੁਲ ਸਾਹਮਣੇ ਪੰਪ ਖੜੇ ਤੇ ਇਥੋਂ ਕਿੰਨਾ ਪੈਟਰੋਲ ਮਲਾ ਆ ਤੋਂ ਮੋਟਰਸਾਈਕਲ ਪੈ ਤੋਂ ਨਹੀਂ ਯਾਰ ਪੈਟਰੋਲ ਮਲਾ ਖੁਸ਼ੀ ਮੈਂ ਖੁਸ਼ ਹੋਲ ਹੋਲ ਚੱਲ ਮਲਾ ਤੂੰ ਖੁਸ਼ ਨਹੀਂ ਗੱਤੀ ਖੁਸ਼ ਹੈ ਵੀਰ ਕੋ ਯਾਰ ਮੁਬਾਰਕ ਠੀਕ ਹੈ ਤੈਨੂੰ ਮੁਬਾਰਕ ਠੀਕ ਹੈ ਕਾ ਕੋਈ ਠੀਕ ਹੈ ਉਹਨੇ ਕੋਈ ਠੀਕ ਹੈ ਹਾਂ ਵੀਰ ਮੁਬਾਰਕ ਬਾਤ ਦੇ ਤੋ ਯਾਰ ਮਲਾ ਕੋ ਕਮੈਂਟ ਹੈ ਲਾਜ਼ਮੀ ਚੱਲ ਮਲਾ ਜੋ ਸਲਾਮ ਦਈ ਤੀ ਵੇ ਮਲਾ ਰੋਡ ਖਿਆਲ ਕਰ ਕਿ ਕਾਰ ਆਵੇ ਇਕੱਠਾ ਨਾ ਕਰ ਸਟੇ ਰੱਖੋ ਇਹਨੇ ਵਿੱਚ ਮੋਟਰਸਾਈਕਲ ਚਿੱਕਣੇ ਵਜਾ ਤਾਂ ਨਿਸ਼ਟਰ ਗਿਆ ਵੀਰ ਧੁੱਪ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ
پیٹرول رش مش کافی سارا مچا پا گلا ایک لیٹر پیٹرول تا پارے وہ ایک لیٹر پیٹرول چلو جی ایک لیٹر پیٹرول آ گیا ایک لیٹر کتنے زیادہ ہے آ مطلب کوئی تجربہ کسبا گجرات تو مجھے کہڑے کہڑے ویور دے کمنٹ لازمی کرے تو یادیل ہونڈا تو کہڑے کہڑے موٹر سائیکل کہن گیا وہ بھی لازمی کمنٹ کر کے دسے تو ہوندا تا کہنی پے بھاویں دو نمبر پٹرول ہے بلدن چلا پہنچ چکے ہیں اوش ہوٹل تے کیونکہ ہمیں تو پورے ضلع وچ رہنا تھا کھانا ہے یہاں کا کھانا ہے کیویں احمد بھائی احمد بھی سا کچھ جوائن کر کے تے سنو بھی لیٹ ہے تے میں پہنچے میں گھر پے ہو وہ تھکے پے ملک تے روتی پئی ہے اندر نہیں میں جی ملک موٹر سائیکل دی بڑی خوشی ہے آیا تے میں اندر نہیں میں باندے کھانا وغیرہ آ گئے کڑھائی برکت پہ ٹھیک ہے ماما جی کنو کنو ماشاء اللہ نے کڑھائی منگائی تھے اگر کھانا کھا کے بڑا چائے لازمی پلواؤ یار تک بوتل نہ چاہ پی رہے نا بھائی جان چائے پی گئے تو موسم ہے تو بنا وسیم بھائی یا چائے نا تو تھکاوٹ ختم کر دے چلو گنو یار ڈی ڈی ہاں دا دے اوی کے اساں ڈی ڈی ہاں موٹر سائیکل گنن والے گنو یار گنو فائنلی ور کھانا وغیرہ کھا کے بڑا نکل دے بڑا ریسٹ کرے تے ماما جی جلو فائنلی ور پہنچ چکے ہیں گھر ماموں تے مہن اپنے گھر آ گئے ملک سکول ہا کے نکل گئے تو ملک دی موٹر سائیکل ماشاءاللہ گھن ہے تے سارے دوستاں کو ریکویسٹ ہے کہ یار ملک کو کمنٹ مبارک باد لازمی دسو کیونکہ تھوڑے کمنٹ پڑھدا ہوندے میں اگے دسیندے کہ فلاں بندہ فلاں کمنٹ کیتے پی فلاں کمنٹ کیتے پی میں ہی پڑھدا لیکن او بھی تھوڑے پڑھدا ہوندے
سارے لکھ سو کہ مذہب بھی تک مبارک ہوے نہیں میں مجھے حق بن دے بالکل حق بن دے کیونکہ ولا کے وچ بھی اندر آندے نا ہاں پارٹی دا بندہ ہے مطلب پارٹی دا بندہ ہے حق تا بن دے بندہ مبارک گھنن دا ٹھیک ہے تنے ورد امید ہے تو کوئی ویڈیو اچھی لگی ہسی اگر اچھی لگی میرے چینل کو سبسکرائب کمنٹ شیئر لازمی مرے سو انشاءاللہ ملسو نئی ویڈیو تب تک کے لیے اللہ حافظ